ਫੋਰਨ ਦੀ ਨੈਸ਼ਨੈਟੀ ਲੈਣ ਤੋਂ ਬਾਅਦ ਜੇ ਆਪਾਂ ਆਪਣਾ ਇੰਡੀਅਨ ਪਾਸਪੋਰਟ ਸੈਂਡਰ ਨਹੀਂ ਕਰਦੇ ਤੇ ਉਹਦੇ ਤੇ ਟ੍ਰੈਵਲ ਕਰਦੇ ਆਂ ਤੇ ਫਿਰ ਕੀ ਹੋ ਸਕਦਾ ਆ ਇਸ ਬਾਰੇ ਇੱਕ ਭਰਾਨੀ ਕਮੈਂਟ ਕੀਤਾ ਸੀ ਤੇ ਮੈਂ ਸੋਚਿਆ ਇੱਕ ਵੀਡੀਓ ਬਣਾ ਕੇ ਆਪਾਂ ਸਾਰੇ ਭੈਣ ਭਰਾਵਾਂ ਨਾਲ ਸਾਂਝੀ ਕਰਦੇ ਆਂ ਦੇਖੋ ਜੀ ਜਦੋਂ ਵੀ ਆਪਾਂ ਕਿਸੇ ਵੀ ਕੰਟਰੀ ਦੀ ਬਾਹਰ ਦੀ ਕਿਸੇ ਵੀ ਕੰਟਰੀ ਦੀ ਨੈਸ਼ਨੈਟੀ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਸਾਡੇ ਕੋਲ 3 ਸਾਲ ਦਾ ਸਮਾਂ ਹੁੰਦਾ ਆ ਉਹਨਾਂ 3 ਸਾਲਾਂ ਦੇ ਵਿੱਚ ਆਪਾਂ ਆਪਣਾ ਇੰਡੀਅਨ ਪਾਸਪੋਰਟ ਸੈਂਡਰ ਕਰਨਾ ਹੁੰਦਾ ਆ ਇੰਡੀਅਨ ਸਿਟੀਜ਼ਨਸ਼ਿਪ ਜਿਹੜੀ ਆਪਾਂ ਰਿਨਾਨਸ ਕਰਨੀ ਹੁੰਦੀ ਆ ਠੀਕ ਆ ਜੀ ਤੇ ਜੇ ਆਪਾਂ ਉਹਨਾਂ 3 ਉਸੇ ਇੰਡੀਅਨ ਪਾਸਪੋਰਟ ਤੇ ਟਰੈਵਲ ਕਰਦੇ ਆ ਠੀਕ ਹੈ ਜੀ ਤੇ ਆਪਾਂ 에어ਪੋਰਟ ਤੇ ਫੜੇ ਜਾਂਦੇ ਆ ਇਸ ਕੇਸ ਵਿੱਚ ਸਾਨੂੰ ਫਿਰ ਜੜਾਇਆ ਅਪਰੋਕਸੀਮੇਟਲੀ 10000 ਰੁਪਏ ਦਾ ਜੜਾਇਆ ਉਹ ਜੁਰਮਾਨਾ ਲੱਗ ਸਕਦਾ ਆ ਠੀਕ ਹੈ ਜੀ ਸੋ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਕਈ ਭੈਣ ਭਰਾ ਚਲੇ ਜਾਂਦੇ ਆ ਠੀਕ ਹੈ ਜੀ ਇੱਕ ਵਾਰੀ ਗਏ ਦੋ ਵਾਰੀ ਗਏ ਕਿਸੇ ਨੇ ਨਹੀਂ ਪੁੱਛਿਆ ਫਿਰ ਤੀਜੀ ਵਾਰੀ ਚੱਲ ਗਏ ਤੀਜੀ ਵਾਰੀ ਪੁੱਛ ਲਿਆ ਕਿਸੇ ਨੇ ਠੀਕ ਹੈ ਜੀ ਤੇ ਜੇ ਆਪਾਂ ਦੋ ਵਾਰੀ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਉਹਨਾਂ ਤਿੰਨ ਸਾਲਾਂ ਦੇ ਵਿੱਚ ਤੀਜੀ ਵਾਰੀ ਪੁੱਛ ਲਿਆ ਤੇ ਫਿਰ ਸਾਨੂੰ ਉਹਨਾਂ ਤਿੰਨਾਂ ਇੰਟਰੀਆਂ ਦਾ ਜਿਹੜਾ ਜੁਰਮਾਨਾ ਆ ਈਚ ਟਾਈਮ ਜਿਹੜਾ ਆ 10000 ਰੁਪਏ ਮੰਨ ਕੇ ਚਲੋ ਸਾਨੂੰ ਉਹ ਤਾਰਨਾ ਪੈ ਸਕਦਾ ਹੈ ਠੀਕ ਹੈ ਜੀ ਬਾਕੀ 3 ਸਾਲ ਤੋਂ ਬਾਅਦ ਜੇ ਆਪਾਂ ਆਪਣਾ ਇੰਡੀਅਨ ਪਾਸਪੋਰਟ ਸਰਂਡਰ ਕਰਦੇ ਆ ਸਿਟੀਜ਼ਨਸ਼ਿਪ ਰੀਨੌਂਸ ਕਰਦੇ ਆ ਠੀਕ ਹੈ ਜੀ ਫਿਰ ਸਾਨੂੰ ਇੱਥੇ ਪੈਨਲਟੀ ਵੀ ਪੈਂਦੀ ਆ ਜਰਮਨੀ ਦੇ ਵਿੱਚ ਆਈ ਥਿੰਕ 87 ਜਾਂ 89 ਕੁਝ ਅਪਰੋਕਸੀਮੇਟਲੀ 90 ਯੂਰੋ ਜਿਹੜਾ ਸਾਨੂੰ ਪੇ ਕਰਨੇ ਪੈਂਦੇ ਆ ਜੁਰਮਾਨੇ ਵਜੋਂ ਕਿ ਆਪਾਂ 3 ਸਾਲ ਤੋਂ ਬਾਅਦ ਆਪਣਾ ਇੰਡੀਅਨ ਪਾਸਪੋਰਟ ਸਰਂਡਰ ਕਰ ਰਹੇ ਆ ਠੀਕ ਹੈ ਜੀ ਤੇ ਬਾਕੀ ਜਿਹੜਾ ਕਿਸੇ ਭੈਣ ਭਰਾ ਨੇ ਹੁਣ ਆਪਣਾ ਪਾਸਪੋਰਟ ਜਿਸਰੰਡਰ ਨਹੀਂ ਕੀਤਾ ਇਹ ਸੋਚ ਕੇ ਕਿ ਜਰਮਨੀ ਦੇ ਵਿੱਚ ਡੁਅਲ ਨੈਸ਼ਨੈਲਟੀ ਆਪਾਂ ਰੱਖ ਸਕਦੇ ਆ ਸੋ ਐਜ਼ ਅ ਇੰਡੀਅਨ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ ਰਹਿੰਦੇ ਹੋਈਏ ਕਿਸੇ ਵੀ ਕੰਟਰੀ ਦੀ ਸਾਡੇ ਕੋਲ ਨਾਗਰਿਕਤਾ ਆਪਾਂ ਲਈ ਹੋਵੇ ਆਪਾਂ ਐਜ਼ ਅ ਇੰਡੀਅਨ ਦੋ ਨਾਗਰਿਕਤਾ ਜੜੀਆਂ ਨੇ ਦੋ ਨੈਸ਼ਨੈਲਟੀਆ ਨਹੀਂ ਰੱਖ ਸਕਦੇ ਠੀਕ ਹੈ ਜੀ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਫੋਲੋ ਕਰਿਓ ਤੇ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਰਣ ਤੇ ਜੰਦੇ ਵਾਸਤੇ ਰਹੋ